ਉਸ ਵੇਲੇ ਰਾਜ ਚੋਟ ਕਹਿੰਦਾ ਗਰਾਊਂਡ ਦੇ ਪਹੁੰਚਦੀ ਕਰਦੇ ਹੋ, ਸਾਹਮਣੇ ਤੱਕਦੇ ਆ ਸੰਦੀਪ ਲੂਧਰ ਦਾ ਬੋਲਿਆ ਹੋਇਆ ਧਾਵਾ ਤੇ ਦੂਜੇ ਪਾਸੇ ਤਾਰੀ ਫਰਿਆਦ ਕਮਲ ਟਿੱਬੇ ਵਾਲਾ, ਇੱਕ ਪਾਸੇ ਸ਼ਕਰਪੁਰੀਆ ਤੇ ਦੂਜੇ ਪਾਸੇ ਸੰਦੀਪ ਲੂਧਰ ਦਿੜਬੇ ਵਾਲਾ, ਦਿੜਬੇ ਵਾਲਾ ਸ਼ੇਰ ਕਹਾਣੀ ਜੋਤਾ ਜੋਤਾ ਮਹਿਮਦ ਵਾਲ ਦੀ ਧਰਤੀ ਦਾ 13 ਨੰਬਰ ਕੱਛਾ ਹੈ ਕਿ 13 ਦੂਣੀ 26 ਅਤੇ 26 ਰਹਿਣ ਦੇ, ਉਹ ਸਾਡੀ ਜਿੱਥੇ ਲੱਗੀ ਹੈ ਤਾਂ ਲੱਗੀ ਰਹਿਣ ਦੇ, ਲੋਕੀ ਕਹਿੰਦੇ ਠੱਗੀ ਹੈ ਤਾਂ ਠੱਗੀ ਰਹਿਣ ਦੇ, ਲੋਕੀ ਕਹਿੰਦੇ ਠੱਗੀ ਹੈ ਤਾਂ ਠੱਗੀ ਰਹਿਣ ਦੇ, ਸਾਡੀ ਜਿੱਥੇ ਲੱਗੀ ਹੈ ਤਾਂ ਲੱਗੀ ਰਹਿਣ ਦੇ, ਇੱਕ ਪਾਸੇ ਸ਼ਰਧਾ ਤੇ ਦੂਜੇ ਪਾਸੇ ਜੋਤਾ ਹੈ। ਹੈਲੋ, ਸਾਉਣ ਵਾਲੇ ਭਰਾ ਨੂੰ ਬੇਨਤੀ ਹੈ ਥੋੜੀ ਜਿਹੀ ਮੈਕਾਂ ਦੀ ਆਵਾਜ਼ ਦੇ ਦਿਓ, ਫਾਸਟ ਵੇ ਤੇ ਚੱਲ ਰਿਹਾ ਆਪਣਾ ਨੈਟ, ਉਹ ਖੜ ਗਿਆ ਹਲਕੀ ਜੀ ਚੋਟ ਹੈ। ਠੀਕ ਹੈ ਸਰ ਨੇ, ਸੱਚੇ ਪਾਤਸ਼ਾਹ ਭੰਗੜਾ ਪਾਉਂਦੇ ਨੇ ਮੇਰੇ ਵੀਰਿਓ, ਮਨ ਸਿੰਘ ਦਿੜਬੇ ਵਾਲਾ ਕੌਡੀ ਪਾਉਂਦਾ ਹੈ ਤੇ ਦੂਜੇ ਪਾਸੇ ਵੇਖਾਂਗੇ ਕਮਲ ਟਿੱਬੇ ਵਾਲਾ ਜਾਂ ਫਿਰ ਮਾਂ ਖੇਡ ਕਬੱਡੀ ਦਾ ਕਿੰਦਾ ਟਿੱਬੇ ਵਾਲਾ ਟਰਾਈ ਕਰਦਾ ਹੈ। ਇੱਕ ਪਾਸੇ ਮਨ ਸਿੰਘ ਹੈ ਤੇ ਦੂਜੇ ਪਾਸੇ ਕਿੰਦਾ ਟਿੱਬੇ ਵਾਲਾ, ਬੰਟੀ ਚੱਲਿਆ ਉਹ ਸੰਧੂਆ ਕੌਡੀ ਪਾਉਣ ਦਾ, ਟਿੱਬੇ ਵਾਲਾ ਰੇਡ ਪਾਉਣ ਆ ਗਿਆ ਸੇਵਕ ਢਿੱਲੋਂ ਸਾਡਾ ਵੀਰ ਰਣਜੀਤ ਸ਼ਰਮਾ ਜੀ ਮਾਹੀ ਫੀਡ ਵਾਲੇ ਔਰ ਨਰਿੰਦਰ ਸੋਈ ਜੀ ਐਮ ਐਮ ਆਰ ਟਰਾਂਸਪੋਰਟ ਵਾਲਿਆਂ ਵੱਲੋਂ 3 ਕਬੱਡੀਆਂ 1000 ਦੀਆਂ ਪੈਣੀਆਂ। ਪਹਿਲੀ ਰੇਡ ਟਿੱਬੇ ਵਾਲੇ ਬੰਟੀ ਦੇ ਸਮੇਂ ਖੇਡ ਮੈਦਾਨ ਵਿੱਚ ਪੈ ਗਈ ਹੈ। ਇਹ ਆ ਸਰਦਾਰ ਜਸਵਿੰਦਰ ਸਿੰਘ ਸਰਪੰਚ ਦਾ ਪੁੱਤਰ ਕੋਲੀਆਂ ਵਾਲ ਦੀ ਧਰਤੀ ਦਾ ਬੰਟੀ ਮੇਰੇ ਮਿੱਤਰੋ, ਇਸ ਸਮੇਂ ਪਹਿਲੀ ਰੇਡ 1000 ਰੁਪਏ ਦੀ ਪਾਉਂਦਾ ਹੋਇਆ ਸ਼ਮਸ਼ਪੁਰੀਏ ਦਾ ਪੁੱਤ ਮੇਰੇ ਵੀਰਿਓ ਸੁਲਤਾਨ ਸ਼ਮਸ਼ਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਬਾਪੂ ਸਰਪੰਚ ਬਣ ਗਿਆ ਪਿੰਡ ਦਾ। ਤੇ ਇੱਕ ਪਾਸੇ ਕਮਲ ਟਿੱਬੇ ਵਾਲਾ ਦੁਨੀਆ ਦਾ ਜਾਲ ਮੁਜਾਫੀ ਹੈ, ਇੱਕ ਪਾਸੇ ਸੁਲਤਾਨ, ਉਹ ਸੁਲਤਾਨ ਉਹ ਕਮਲ ਹੈ ਆ ਸੁਲਤਾਨ ਹੈ ਉਹ ਮੇਰੇ ਵੀਰਿਓ ਜ਼ਿਲ੍ਹੇ ਪਟਿਆਲੇ ਵਾਲਾ ਅੰਕਮਣੀ ਟੀਮ ਨੇ ਜੁੜ ਗਿਆ ਹੈ। ਲੈ ਵੀ ਜੋਤੇ ਦੀ ਕੋਟੀ ਉਹ ਸੰਧੂਆ ਕਰਦੇ ਜੋਤਾ ਮਹਿਮਦ ਵਾਲੀ ਆ ਗਿਆ, ਕਪੂਰਥਲੇ ਵਾਲਾ ਆ ਗਿਆ ਮੇਰੇ ਮਿੱਤਰੋ, ਅੱਜ ਧਰਤੀ ਬਰਨਾਲੇ ਦੀ ਹੈ, ਰਿੰਕੂ ਪੀਲੇ ਦਾ ਪਿੰਡ ਹੈ, ਮਿੰਟੂ ਸਰਪੰਚ ਦਾ ਪਿੰਡ ਹੈ, ਕਿਹੜਾ ਜਫਾ ਲਾਊ ਦੇਖੋ, ਇਹ ਆ ਸੱਤੀ ਦਿੜਬੇ ਵਾਲਾ, ਸੱਤੀ ਦਿੜਬੇ ਵਾਲਾ ਤੇ ਪੁਆਇੰਟ ਜੋਤੇ ਮਹਿਮਦ ਵਾਲ ਦਾ ਮੇਰੇ ਵੀਰਿਓ। ਆ ਚੱਲਿਆ ਲੁੱਧਾ ਕੌਡੀ ਪਾਉਣ ਦੇ ਲਈ, ਲੈ ਵੀ ਸੰਦੀਪ ਬਿੰਦੇ ਨਾਲ ਰੈ ਕੀਤੀ ਆ ਫਰਿਆਦ ਨੇ ਲੂਧਰਾ, ਓਏ ਉਰਲੇ ਪਾਸੇ ਤਾਰੀ ਟੇਡਾ ਟੇਡਾ ਵੇਖਦਾ, ਓਏ ਤੇਰੇ ਵੱਲ ਟੇਡਾ ਟੇਡਾ ਵੇਖਦਾ ਹੈ ਕਿ ਕਿੱਥੋਂ ਫੜੀਏ ਕਿਵੇਂ ਫੜੀਏ ਕੌਡੀ ਦੇ ਵੱਡੇ ਮੱਲ ਨੂੰ, ਓਏ ਕਿਵੇਂ ਫੜੀਏ ਕੌਡੀ ਦੇ ਵੱਡੇ ਮੱਲ ਨੂੰ। ਸੰਦੀਪ ਲੂਧਰ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਇੱਕ ਪਾਸੇ ਵੇਖਾਂਗੇ ਫਰਿਆਦ ਹੈ ਮੇਰੇ ਵੀਰੋ ਸ਼ਕਰਪੁਰੀਆ ਤੇ ਦੂਜੇ ਪਾਸੇ ਸੰਦੀਪ ਲੂਧਰ ਦਿੜਬੇ ਵਾਲਾ ਕੌਡੀ ਪਾ ਗਿਆ, ਬੰਟੀ ਟਿੱਬੇ ਵਾਲਾ ਕੌਡੀ ਪਾ ਗਿਆ, ਬੰਟੀ ਟਿੱਬੇ ਵਾਲਾ ਮੇਰੇ ਵੀਰੋ। ਦੂਜੀ ਕਬੱਡੀ ਢਿੱਲੋਂ ਟਰਾਂਸਪੋਰਟ ਵਾਲਿਆਂ ਦੀ ਇਸ ਸਮੇਂ ਪੈਣ ਜਾ ਰਹੀ ਹੈ, 1000 ਰੁਪਇਆ ਲੱਗਿਆ ਹੈ। ਉਹ ਤਾਂ ਲਾਲੀ ਢੇਸੀ ਜੀ ਕਹਿੰਦੇ ਆ ਮੈਣੀ ਸਾਡਾ ਵੀਰ ਕਨੇਡਾ ਤੋਂ ਲਾਈਵ ਜੁੜਿਆ, ਮੈਣੀ ਵੀਰ ਦਾ ਵੀ ਧੰਨਵਾਦ ਲਾਈਵ ਕਬੱਡੀ .com ਵਾਲਿਆਂ ਦਾ। ਆਹ ਦੇਖੋ ਇੱਕ ਬੰਦੇ ਸ਼ਰਨਾ ਡੱਗੋ ਵਾਲਾ ਤੇ ਦੂਜੇ ਬੰਦੇ ਟਿੱਬੇ ਵਾਲਾ ਬੰਟੀ, ਦੇਖੋ ਮੁਕਾਬਲਾ ਕਬੱਡੀ ਦਾ, ਵੀਲੇ ਦੀ ਕੌਡੀ ਹੈ ਇਹ, ਵੀਲੇ ਦੀ ਕੌਡੀ ਹੈ ਜਿੱਥੇ ਯਾਰਾਂ ਦੇ ਯਾਰ ਵੱਸਦੇ ਹੈ। ਪਿੰਡ ਨੂੰ ਵਧਾਈਆਂ ਨੇ ਜਿਹੜੇ ਪਿੰਡ ਨੇ ਸਰਬਸੰਮਤੀ ਦੇ ਨਾਲ ਪੰਚਾਇਤ ਬਣਾਈ ਆ ਉਹ ਮੇਰੇ ਵੀਰਿਓ, ਕਿਰਨਜੀਤ ਮਿੰਟੂ ਜੀ ਸਰਪੰਚ ਬਣੇ ਆ, ਮਨ ਸਿੰਘ ਦੀ ਕੌਡੀ ਹੈ, ਤਾਰੀ ਖੀਰਾ ਵਾਲੀਆ ਟਰਾਈ ਕਰਦਾ ਹੋਇਆ ਤੇ ਇੱਕ ਪਾਸੇ ਜੋਤਾ ਮਹਿਮਦ ਵਾਲੀਆ ਕੌਡੀ ਪਾਉਣ ਦੇ ਲਈ ਅੱਗੇ ਵੱਲ ਵੱਧ ਚੁੱਕਿਆ। ਜੋਤਾ ਮਹਿਮਦ ਵਾਲ ਦੀ ਧਰਤੀ ਦਾ ਉਧਰ ਮਨਪ੍ਰੀਤ
ਕਰੀ ਜਾ ਰਹੇ ਹੈ। ਮਨਪ੍ਰੀਤ ਧਾਲੀਵਾਲ ਦਾ ਵੀ ਧੰਨਵਾਦ ਹੈ। ਕਬੱਡੀ ਹੀਰੋ ਚ ਪੇਜ ਵਾਲਾ ਸੁਹਾਸ ਮੈਂ ਤੇਰੀ ਕੁਲਦੀਪ ਦਿਆਲੂਰੀ ਐ ਜੋਤਾ ਮਹਿਮਦਵਾਲ ਦੀ ਧਰਤੀ ਦਾ ਉੱਧਰ ਰੋਡ ਚ ਭਿੰਡਰ ਸਾਡਾ ਵੀਰ ਮਾਝੇ ਦੇ ਮਜੈਲ ਪੇਜ ਤੇ ਗੱਲ ਕਰਦਾ ਹੋਊ ਜੋਤੇ ਮਹਿਮਦਵਾਲ ਦੀ ਇਸ ਕਬੱਡੀ ਦੀ ਇਹ ਹੈ ਮਹਿਮਦ ਵਾਲੀਆ ਜੋਤਾ ਮੇਰੇ ਸਾਹਮਣੇ ਸੁਲਤਾਨ ਕਬੱਡੀ ਪਾਉਂਦਾ ਹੈ ਅੰਮ੍ਰਿਤ ਬੱਸੀਆਂ ਵਾਲਾ ਵੱਡੀ ਕਾਲਣਾ ਕਾਲੀ ਮੇਰੇ ਵੀਰੋ ਕਿਰਨਜੀਤ ਮਿੰਟੂ ਸਰਪੰਚ ਉਹਨਾਂ ਦੇ ਨਾਲ ਗੂੜਾ ਪਿਆਰ ਹੈ ਕਬੱਡੀ ਵਾਈਫਾਈ ਪੇਜ ਵਾਲਾ ਜਿਹਦਾ ਵੀਲੇ ਦੇ ਕੱਪ ਦੇ ਮੋਟਰਸਾਈਕਲ ਨਾਲ ਸਨਮਾਨ ਹੋਇਆ ਐਵੇਂ ਨੀ ਸਨਮਾਨ ਮਿਲੇ ਜ਼ਿੰਦਗੀ 'ਚ ਬੜੇ ਔਖੇ ਪੈਂਡੇ ਤੈਅ ਕੀਤੇ ਹੈ ਅੰਮ੍ਰਿਤ ਬੱਸੀਆਂ ਵਾਲਾ ਵੀ ਪੁੱਜਿਆ ਹੋਇਆ ਚਲੋ ਇਹ ਬੰਟੀ ਆਪਾਂ ਕੌਡੀ ਕਬੱਡੀਆਂ 'ਤੇ ਜਿਹੜਾ 1000 ਰੁਪਇਆ ਲੱਗਿਆ ਦੂਜੀ ਕੌਡੀ ਤੀਜੀ ਪੈ ਰਹੀ ਹੈ ਸਵਰਿਆ ਸਾਡੇ ਕਿਰਨਜੀਤ ਮਿੰਟੂ ਬੀਲੇ ਵਾਲੇ ਸਰਪੰਚ ਸਾਹਿਬ ਦੇ ਰਿਸ਼ਤੇਦਾਰ ਕੁਲਵਿੰਦਰ ਕਲਿਆਣ ਸੇਵਕ ਢਿੱਲੋਂ ਟਰਾਂਸਪੋਰਟ ਵਾਲੇ ਸਾਡਾ ਨਰਿੰਦਰ ਸੋਈ ਤੇ ਰਣਜੀਤ ਸ਼ਰਮਾ ਮਾਹੀ ਫੀਡ ਵਾਲਿਆਂ ਦਾ 1000 ਬੰਟੀ ਫੜ ਲੈ ਆ 1000 ਰੁਪਇਆ ਤੇਰੇ ਲਈ ਹੈ ਸੰਦੀਪ ਲੂਧਰ ਮੇਰੇ ਵੀਰੋ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਪਰਲੇ ਪਾਸੇ ਫਰਿਆਦ ਹੈ ਤੇ ਨਾਲ ਕਮਲ ਟਿੱਬੇ ਵਾਲਾ ਤੇ ਨਾਲ ਕਹਿੰਦੇ ਤਾਰੀ ਖੀਰਾ ਵਾਲੀਆ ਤੇ ਨਾਲ ਕਿੰਦੀ ਟਿੱਬੇ ਵਾਲਾ ਕਿੰਦਾ ਟਿੱਬੇ ਵਾਲਾ ਚਾਰਾਂ ਦੇ ਵਿੱਚੋਂ ਮੁਕਾਬਲਾ ਖੀਰਾ ਵਾਲ ਦਾ ਤਾਰੀ ਹੈ ਇੱਕ ਪਾਸੇ ਲੁੱਧਾ ਸੰਦੀਪ ਲੂਧਰ ਦਿੜਬੇ ਵਾਲਾ ਮੋਟਰਸਾਈਕਲਾਂ ਦੇ ਆਲੇ ਦਾਲੇ ਗੇੜੇ ਦੇ ਕੇ ਆਇਆ ਅੱਜ ਤਾਂ ਕਹਿੰਦਾ ਸੰਧੂਆ ਅੱਤ ਕਰਾਊਂਗਾ ਜੋਤਾ ਚੱਲਿਆ ਸਵਰਿਆ ਸ਼ੇਰ ਕਹਾਣੀ ਜੋਤਾ ਮਹਿਮਦ ਵਾਲੀਆ ਮੇਰੇ ਮਿੱਤਰ ਉਸ ਸਮੇਂ ਰੇਡ ਪਾ ਰਹੇ ਹੈ ਇਹ ਆ ਕਪੂਰਥਲੀਆ ਜਿੱਥੋਂ ਦਾ ਸੰਦੀਪ ਮਹਿਮਦਵਾਲ ਦੀ ਧਰਤੀ ਦਾ ਮੇਰੇ ਮਿੱਤਰੋ ਦੁਨੀਆਂ ਦਾ ਵੱਡਾ ਮਾਲਾ ਹੈ ਇਹ ਉਹਦਾ ਪੇਂਡੂ ਇਸ ਸਮੇਂ ਮਹਿਮਦਵਾਲ ਦੀ ਧਰਤੀ ਦਾ ਨੌਜਵਾਨ ਜੋਤਾ ਇਸ ਸਮੇਂ ਰੇਡ ਪਾ ਰਿਹਾ ਸਾਹਮਣੇ ਸ਼ਰਨਾ ਡੱਗੋ ਰਵਾਣੇ ਵਾਲਾ ਹੈ ਸ਼ਰਨਾ ਡੱਗੋ ਵਾਲਾ ਤੇ ਪੁਆਇੰਟ ਇਸ ਸਮੇਂ ਜੋਤੇ ਮਹਿਮਦਵਾਲ ਦਾ ਮਨ ਸਿੰਘ ਦਿੜਬੇ ਵਾਲਾ ਬਾਖੇੜ ਕਬੱਡੀ ਨੂੰ ਕਨੇਡਾ ਖੇਡਿਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧ ਚੁੱਕਿਆ ਕਮਲ ਇੱਕ ਪਾਸੇ ਆ ਇੱਕ ਪਾਸੇ ਤਾਰੀ ਪਾਸੇ ਹੋ ਜਾਓ ਉਹ ਪਾਸੇ ਹੋ ਜਾਓ ਖੰਡਾ ਕੋਟੀ ਦਾ ਖੜਕ ਗਿਆ ਇਹ ਤਾਂ ਮਨ ਸਿੰਘ ਹੈ ਦਿੜਬੇ ਵਾਲਾ ਬੰਟੀ ਟਿੱਬੇ ਵਾਲਾ ਸਰਪੰਚਾਂ ਦਾ ਪੁੱਤ ਕੋਟੀ ਪਾਉਂਦਾ ਸੰਧੂਆ ਛੇੜ ਕਹਾਣੀ ਕਿਰਾ ਮੁੰਡੇ ਦੀ ਲਓ ਰੇਡ ਟਿੱਬੇ ਵਾਲੇ ਬੰਟੀ ਦੀ ਮੇਰੇ ਮਿੱਤਰੋ ਇਸ ਸਮੇਂ ਫੇਰ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਇਹ ਬੰਟੀ ਟਿੱਬੇ ਦੀ ਧਰਤੀ ਦਾ ਮੇਰੇ ਮਿੱਤਰੋ ਵੱਡਾ ਮੈਚ ਵੀਲੇ ਦਾ ਖੇਡਿਆ ਜਾ ਰਿਹਾ ਸ਼ਰਨਾ ਡੱਗੋ ਰਵਾਣੇ ਵਾਲਾ ਜਿਹੜਾ ਕਿਹੜੇ ਵੀ ਅਮਰਗੜ੍ਹ ਦੇ ਕਬੱਡੀ ਕੱਪ ਦਾ ਲਸਮਣ ਸਰਾਉਂ ਦੇ ਸ਼ਰਨੇ ਸੱਠੇ ਹੋਰਾਂ ਦੇ ਕੱਪ ਦਾ ਸਾਹਮਣੇ ਤੱਕਦਿਆਂ ਕਿ ਸੁਲਤਾਨ ਸ਼ਮਸ਼ਪੁਰੀਆ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧ ਚੁੱਕਿਆ ਹੈ ਤੇ ਦੂਜੇ ਪਾਸੇ ਟਿੱਬੇ ਦੀ ਧਰਤੀ ਦੇ ਪੱਪਰ ਸ਼ੇਰ ਅੱਜ ਪੂਰੀ ਤਿਆਰੀ ਦੇ ਵਿੱਚ ਹੈ ਬਈ ਬਾ ਸੁਲਤਾਨ ਸ਼ਮਸ਼ਪੁਰੀਆ ਜ਼ਿਲ੍ਹੇ ਪਟਿਆਲੇ ਦਾ ਇੱਕ ਪਾਸੇ ਸ਼ਾਕਰਪੁਰੀਆ ਇੱਕ ਪਾਸੇ ਫਰਿਆਦ ਹੈ ਇਹ ਹੈ ਫਰਿਆਦ ਅਲੀ ਕਿ ਦਮਾਂ ਦਾ ਮਸਤ ਕਲੰਦਰ ਅਲੀ ਦਾ ਪਹਿਲਾ ਨੰਬਰ ਜੋਤਾ ਚੱਲਿਆ ਉਹ ਸੰਧੂਆ ਸ਼ੇਰ ਦੇ ਕਹਾਣੀ ਜੋਤਾ ਮਹਿਮਦ ਵਾਲੀਆ ਰੇਡ ਪਾਉਣ ਜਾ ਰਿਹਾ ਹੈ ਇੱਧਰ ਸਾਡੇ ਵੀ ਰਾਣਾ ਧਾਲੀਵਾਲ ਜਿਹਨਾਂ ਵੱਲੋਂ ਟਿੱਬੇ ਵਾਲੇ ਬੰਟੀ ਲਈ 500 ਦੇ ਮਾਣ ਹੈ ਆਹ ਫੜ ਲਓ ਜੀ ਕਿਹੜਾ ਉੱਧਰ ਅਗਲੀ ਰੇਡ ਜੋਤਾ ਮਹਿਮਦਵਾਲ ਦੀ ਧਰਤੀ ਦਾ ਸਮੇਂ ਖੇਡ ਮੈਦਾਨ ਵਿੱਚ ਬੋਲਾ ਹੋਇਆ ਤੇ ਦੂਜੇ ਬੰਨੇ ਲੱਗੇ ਜਫੇ ਦਾ ਬਦਲਾ ਕਿ ਜੇ 21 ਪੌਣ ਸ਼ਰੀਕ ਤੇ 31 ਪੌਣੀ ਪੈਂਦੀ ਹੈ ਜੇ ਕੋਈ ਖੰਘੇ ਖੰਘ ਬਣਾਉਟੀ ਖੰਘ ਹਟਾਉਣੀ ਪੈਂਦੀ ਹੈ ਇਹ ਹੈ ਸੱਤੀ ਦਿੜਬੇ ਵਾਲਾ ਮੇਰੇ ਵੀਰੋ ਸਾਹਮਣੇ ਤੱਕਦਿਆਂ ਕਿ ਬਾਖੇੜ ਕਬੱਡੀ ਦੇ ਵਿੱਚ ਮੇਰੇ ਵੀਰੋ ਲੂਧਰ ਸੰਦੀਪ ਕਬੱਡੀ ਪਾਉਂਦਾ ਹੈ ਪਰਲੇ ਪਾਸੇ ਜੱਫਾ ਤੇ ਜੱਫਾ ਇੱਧਰ ਵੀ ਲੱਗੂਗਾ ਇੱਕ ਪਾਸੇ ਫਰਿਆਦ ਸ਼ਕਰਪੁਰੀਆ
ਤੇ ਦੂਜੇ ਪਾਸੇ ਲੂਧਰ। ਅੱਜ ਰੁਕਣ ਦੇ ਮੂਡ ਚ ਨੀ ਉਹ ਸੰਧੂਆ ਸਵਾਰਿਆ ਸ਼ੇਰ ਦੇ ਕਹਾਣੀ। ਦਿੱਲੀ ਨੰਬਰ ਗੱਡੀ 88-99 ਰਸਤੇ ਚ ਖੜੀ ਆ, ਜ਼ਰੂਰੀ ਗੱਡੀਆਂ ਕੱਢਣੀਆਂ ਸਾਈਡ ਤੇ ਕਰ ਲਓ। ਥੈਂਕ ਯੂ ਜੀ। ਸਵਿਫਟ ਗੱਡੀ ਹੈ ਲੋ ਬਾਟੀ ਟਿੱਬੇ ਵਾਲਾ ਮੇਰੇ ਮਿੱਤਰ ਸਵੇ ਰੇਡ ਪਾ ਰਹੇ ਹੈ। ਸਾਹਮਣੇ ਤੱਕਾਂਗੇ ਸੱਤੀ ਦਰਬੇ ਵਾਲਾ ਹੈ ਔਰ ਨਾਲ ਧਿਆਨਾ ਦਰਬੇ ਵਾਲਾ, ਇਹ ਹੈ ਗੁਰਧਿਆਨ ਸਿੰਘ ਧਿਆਨਾ ਦਰਬੇ ਦੀ ਧਰਤੀ ਦਾ। ਦੂਜੇ ਬੰਨੇ ਬੰਟੀ ਕਪੂਰਥਲੀ ਹੈ, ਇੱਕ ਬੰਨੇ ਸੰਗਰੂਰੀ ਹੈ ਤੇ ਦੂਜੇ ਬੰਨੇ ਦੇਖੋ ਉਧਰੋਂ ਕਹਿੰਦੇ ਸਾਡਾ ਮਿੱਕਾ ਟੰਡਵਾਲ ਜੂਸੇ ਵਾਲਾ 1.5 ਲੱਖ ਦਾ ਪਹਿਲਾ ਨਾਮ ਦੇਣਾ ਡਾਕਟਰ ਹਰਜੋਤ ਕੰਵਰ ਜੀ MLA ਹਲਕਾ ਮੋਗਾ, ਉਹਨਾਂ ਦੇ ਭਰਾ ਸ਼ੀਰਾ ਚਾਕਰ ਜੀ ਮੇਰੇ ਵੀਰੋ 1 ਲੱਖ ਦਾ ਦੂਜਾ ਇਹ ਆ ਕਮਲ ਟਿੱਬੇ ਵਾਲਾ, ਇਹ ਆ ਕਮਲ ਟਿੱਬੇ ਵਾਲਾ ਕਮਾਲ ਕਰ ਗਿਆ ਹੈ। ਜੋਤਾ ਮਹਿਮਦ ਵਾਲੀਆ ਉਹ ਸ਼ਰਨਿਆ ਜੋਤਾ ਮਹਿਮਦ ਵਾਲੀਆ ਕੌਡੀ ਪਾਉਣ ਆ ਗਿਆ ਹੈ। ਇੱਕ ਪਾਸੇ ਸੋਨਾ ਬਾਂਦਰ ਟੋਟ ਵਾਲਾ ਤੇ ਨਾਲ ਕਹਿੰਦੇ ਧਿਆਨਾ ਤੇ ਨਾਲ ਸੱਤੀ ਦਿੜਬੇ ਵਾਲਾ ਜੋਤੇ ਮਹਿਮਦ ਵਾਲੀਏ ਦੀ ਪਾਈ ਹੋਈ ਕਬੱਡੀ ਤੇ ਦੂਜੇ ਪਾਸੇ ਦਿੜਬੇ ਮੰਡੀ ਦੇ ਚਾਰ ਜਾਫੀਆਂ ਚੋਂ ਕਿਹੜੇ ਬੱਬਰ ਸ਼ੇਰ ਦੇ ਨਾਲ ਮੁਕਾਬਲਾ ਹੋਣਾ ਉਹ ਤਾਂ ਸਮਾਂ ਦੱਸੂਗਾ। ਇੱਕ ਪਾਸੇ ਸ਼ਰਨਾ ਤੇ ਦੂਜੇ ਪਾਸੇ ਜੋਤਾ ਹੈ, ਸ਼ਰਨਾ ਡੰਗੂਰ ਮਾਣੇ ਵਾਲਾ ਸੁਲਤਾਨ ਆ ਗਿਆ। 500 ਰੁਪਇਆ ਉੱਧਰ ਜੱਫੇ ਵਾਸਤੇ ਆ ਸਾਡੇ ਵੀਰ। ਬੋਲੋ ਜੀ ਸੁੱਖੀ ਕਨੇਡਾ ਜੀ ਜੇ ਬਾਈ ਸੁਲਤਾਨ ਹੈ, ਅੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਇਹ ਆ ਸੁਲਤਾਨ ਸ਼ਮਸ਼ਪੁਰੀਆ। ਬੰਟੀ ਟਿੱਬੇ ਵਾਲਾ ਕੌਡੀ ਪਾਉਂਦਾ ਹੈ ਸ਼ੇਰ ਦੇ ਕਹਾਣੀ ਗਿਰਾ ਲਓ। ਬੰਟੀ ਟਿੱਬੇ ਵਾਲਾ ਆ ਗਿਆ ਮੇਰੇ ਵੀਰਿਓ, ਬੰਟੀ ਟਿੱਬੇ ਵਾਲਾ ਆ ਗਿਆ। ਰਵੀ ਬਰਨਾਲੇ ਵਾਲੇ ਉਹ ਮੈਚ ਦਾ ਸਵਾਦ ਆ ਰਿਹਾ ਕਿ ਨਹੀਂ ਆ ਰਿਹਾ? ਆ ਰਿਹਾ ਆ ਬੰਟੀ ਟਿੱਬੇ ਵਾਲਾ ਮੇਰੇ ਮਿੱਤਰੋ, ਬੰਟੀ ਟਿੱਬੇ ਵਾਲਾ ਤੇ ਦੂਜੇ ਬਣੇ ਸੱਤੇ। ਸਵਾਦ ਆਵੇ ਵੀ ਕਿਉਂ ਨਾ, ਇੱਥੋਂ ਪਤਾ ਲੱਗਦਾ ਸੰਧੂਆ ਲੋਹੜੀ ਦਾ ਤਿਉਹਾਰ ਛੱਡ ਕੇ ਦਰਸ਼ਕ ਕੌਡੀ ਨਾਲ ਜੁੜੇ ਬੈਠੇ ਹੈ, ਕੌਡੀ ਨਾਲ ਜੁੜੇ ਬੈਠੇ ਹੈ। ਇਹ ਆ ਪੀਲੇ ਏਰੀਏ ਦਾ ਹਲੇ ਆ, ਜਿਹੜਾ ਸ਼ੀਰੇ ਨੂੰ ਜਿਹੜਾ ਲੁੱਦਰ ਨੂੰ ਜੱਫਾ ਲਾਊ ਸ਼ੀਰਾ ਬਾਈ ਤੇ ਜੱਗੀ ਆਸਟ੍ਰੇਲੀਆ ਵੱਲੋਂ 5000, ਜੱਗੀ ਕੈਨੇਡਾ ਵੱਲੋਂ 5000 ਦਿੱਤਾ ਜਾਣਾ ਹੈ। ਸੰਦੀਪ ਲੂਧਰ ਕਬੱਡੀ ਪਾਉਂਦਾ ਮੇਰੇ ਵੀਰਿਓ, ਅਗੜਾ ਸੰਦੀਪ ਦਾ ਮਿੱਕਾ ਟੰਡਵਾਲ ਜੂਸੇ ਵਾਲਾ ਸਾਡਾ ਭਰਾ 1.5 ਲੱਖ ਦਾ ਪਹਿਲਾ, ਡਾਕਟਰ ਹਰਜੋਤ ਕੰਵਰ ਜੀ MLA ਹਲਕਾ ਮੋਗਾ ਤੇ ਸ਼ੀਰਾ ਚੱਕਰ ਮੇਰੇ ਵੀਰੋ 1 ਲੱਖ ਦਾ ਦੂਜਾ, ਸ਼ੀਰਾ ਜੋਲ ਕਨੇਡਾ ਤੇ ਜੱਗੀ ਧਾਲੀਵਾਲ ਕਨੇਡਾ, ਉਹਨਾਂ ਵੱਲੋਂ ਮੋਟਰਸਾਈਕਲ ਹੈ। ਉਧਰੋਂ ਰਿੰਕੂ ਬੀਲੇ ਵਾਲਾ ਆਪਣੇ ਯਾਰਾਂ ਬੇਲੀਆਂ ਨਾਲ ਕੈਨੇਡਾ ਬੈਠਾ ਭੰਗੜਾ ਪਾਉਂਦਾ ਹੈ। ਸਾਹਮਣੇ ਤੱਕਦਾ ਕਿ ਬੰਟੀ ਟਿੱਬੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵੱਧਦਾ ਹੋਇਆ ਤੇ ਦੂਜੇ ਪਾਸੇ ਵੇਖਾਂਗੇ ਓ ਇੱਕ ਪਾਸੇ ਸ਼ਰਨਾ ਤੇ ਦੂਜੇ ਪਾਸੇ ਬੰਟੀ ਹੈ, ਅੰਦੇ ਦੂਰ ਨੇ ਸਮਾਂ ਬੀਤਦਾ ਹੋਇਆ ਇੱਕ ਪਾਸੇ ਸ਼ਰਨਾ ਬੰਟੀ ਟਿੱਬੇ ਵਾਲਾ। ਆ ਕੰਮਣੀ ਟੀਮ ਨੇ ਜੋੜ ਗਿਆ ਓਏ ਸੰਧੂਆ ਕਰਦੇ ਗੱਲ ਗਿਰਾ ਲਓ। ਮਾਨਸ ਸਿੰਘ ਆ ਗਏ ਹੈ, ਪਹਿਲੀ ਵਾਰ ਕਿਵੇਂ ਕੈਨੇਡਾ ਖੇਡਿਆ ਤੇ 10 ਵਾਰ ਰੈਂਕ ਪਰ ਸਾਹਮਣੇ ਫਰਿਆਦ ਫਰਿਆਦ ਸਮਝਾਵੇ ਉਹ ਫਰਿਆਦ ਦਾ ਜੱਫਾ ਕੌਣ ਛਡਾਵੇ? ਹੁਣ ਤਾਂ ਹੂਟਰ ਛਡਾਊਗਾ ਜਾਂ ਫਿਰ ਰੈਫਰੀ ਦੀ ਫਿਸਲ ਛਡਾਊਗੀ, ਉਹ ਫਰਿਆਦ ਨੂੰ ਕੌਣ ਸਮਝਾਵੇ? ਉਹ ਸੰਧੂਆ ਇੱਕ ਪਾਸੇ ਮਨ ਸਿੰਘ ਤੇ ਦੂਜੇ ਪਾਸੇ ਫਰਿਆਦ ਹੈ, ਫਰਿਆਦ ਨੂੰ ਕੌਣ ਸਮਝਾਵੇ? ਫਰਿਆਦ ਤੋਂ ਕਿਹੜਾ ਛਡਾਵੇ? ਹੂਟਰ ਕੌਣ ਵਜਾਵੇ? ਇਹ ਆ ਫਰਿਆਦ ਉਹ ਮੇਰੇ ਵੀਰੋ ਸ਼ੇਰ ਕਹਾਣੀ।
ਭੋਲਾ ਰਣਾਵਾ ਤੇ ਜੱਸਾ ਰਣਾਵਾ ਵੱਲੋਂ ਇੱਕ ਯਾਰ ਹੈ ਆ ਜਫੇਰਾ ਕਨੇਡਾ ਵਾਲਿਆਂ ਵੱਲੋਂ ਨਵੀਂ ਸੋਢੀ ਪੁੱਲਦਾ ਕਰਦੇ ਨਵੀਂ ਸੰਧੂਆ ਆ ਮੈਚ ਨੇ ਦੁਨੀਆ ਹਿਲਾ ਦੀ ਹੈ ਆ ਮੈਚ ਨੇ ਦੁਨੀਆ ਨੱਚਣ ਲਾ ਦੀ ਦੁਨੀਆ ਨੱਚਣ ਲਾ ਦੀ ਸਮਝਾਵੇ ਓਏ ਬੰਦ ਟੋੜ ਵਾਲੇ ਸੋਨੇ ਨੂੰ ਕੌਣ ਸਮਝਾਵੇ ਸਮੇਂ ਤੋਂ ਪਹਿਲਾਂ ਹੂਟਰ ਕਿਹੜਾ ਵਜਾਵੇ ਸਮੇਂ ਤੋਂ ਪਹਿਲਾਂ ਹੂਟਰ ਕਿਹੜਾ ਵਜਾਵੇ ਇਹ ਆ ਜੋਤਾ ਮਹਿਮਤ ਵਾਰੀਆ ਅੰਕ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਖੇਡ ਕਹਾਣੀ ਪੈ ਗਈ ਕੌਡੀ ਲਾਲ ਲੋਤਾ ਆ ਗਿਆ ਕਨੇਡਾ ਤੇ ਭੋਲਾ ਦਾ ਕਨੇਡਾ 500 ਜੋਤੇ ਨੂੰ ਹੈ ਸੰਦੀਪ ਨੂੰ ਉਧਰ ਸੰਧੂਆ ਸ਼ੇਰ ਦੇ ਕਹਾਣੀ ਸਾਡਾ ਵੀਰ ਸ਼ੀਰਾ ਜੌਲ ਕਨੇਡਾ ਤੇ ਜੱਗੀ ਧਾਲੀਵਾਲ ਕਨੇਡਾ ਵੱਲੋਂ 5000 ਦਾ ਜਫਾ ਹੋਣਾ ਹੈ ਪਰ ਇਹ ਤਾਂ ਲੁੱਟਾ ਦੜਦੇ ਵਾਲਾ ਇਹ ਰਸ਼ੀਅਨ ਟੈਂਕ ਹੈ ਇਹ ਵੱਡਾ ਮੱਲ ਹੈ ਕਬੱਡੀ ਦਾ ਮੇਰੇ ਮਿੱਤਰੋ ਆ ਵੀ ਵੱਡਾ ਮੱਲ ਹੈ ਬੰਟੀ ਟਿੱਬੇ ਵਾਲਾ ਇਹ ਵੀ ਸਰਪੰਚਾਂ ਦਾ ਪੁੱਤ ਕੌਡੀ ਦਾ ਅੱਤਾ ਉਹ ਮੇਰੇ ਵੀਰਿਓ ਕੌਡੀ ਦਾ ਪੱਪਰ ਸ਼ੇਰ ਆ ਉਹ ਮੇਰੇ ਵੀਰਿਓ ਤੇ ਦੂਜੇ ਪਾਸੇ ਵੇਖਾਂਗੇ ਇੱਕ ਪਾਸੇ ਸੱਤੀ ਤੜਬੇ ਵਾਲਾ ਤੇ ਦੂਜੇ ਪਾਸੇ ਬੰਟੀ ਟਿੱਬੇ ਵਾਲਾ ਸੁਲਤਾਨ ਸ਼ਮਸਪੁਰੀਆ ਕੌਡੀ ਪਾਉਂਦਾ ਸਵਰਨਿਆ ਸ਼ੇਰ ਦੇ ਕਹਾਣੀ ਲਓ ਸੁਲਤਾਨ ਹੈ ਸ਼ਮਸਪੁਰੀਆ ਮੇਰੇ ਮਿੱਤਰੋ ਬਾਪੂ ਪ੍ਰੀਤਮ ਸਿੰਘ ਸਰਪੰਚ ਦਾ ਪੁੱਤਰ ਇਸ ਸਮੇਂ ਰੇਡ ਪਾ ਰਿਹਾ ਗੱਲਾਂ ਹੋਈਆਂ ਕਨੇਡਾ ਦੇ ਇਸ ਵਾਰ ਵੀ 2017 ਚ ਵੀ ਇਹ ਹੈ ਸੁਲਤਾਨ ਪਟਿਆਲੇ ਵਾਲਾ ਦਲੀ ਸ਼ਮਸਪੁਰੀਏ ਦਾ ਵੀਰ ਸੁਲਤਾਨ ਪਟਿਆਲੇ ਵਾਲਾ ਪੁਆਇੰਟ ਦਾ ਵਾਧਾ ਕਰਦਾ ਤੇ ਬੰਟੀ ਟਿੱਬੇ ਵਾਲਾ ਸਰਪੰਚਾਂ ਦਾ ਪੁੱਤ ਮੇਰੇ ਵੀਰੇ ਕੋਲੇ ਵਾਲੀ ਪਿੰਡ ਹੈ ਜੱਦੀ ਬੱਬਰ ਸ਼ੇਰ ਦਾ ਟਿੱਬੇ ਦੇ ਨਾਂ ਤੇ ਪੂਰੀ ਦੁਨੀਆ ਚ ਮਸ਼ਹੂਰ ਹੋਇਆ ਬੰਟੀ ਟਿੱਬੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਲੈ ਵੀ ਧਿਆਨਿਆ ਛੇੜ ਕੇ ਦੇਖ ਓਏ ਓਏ ਮੁੰਡਾ ਕਰੰਟ ਮਾਰਦਾ ਮੁੰਡਾ ਸਰਪੰਚਾਂ ਦਾ ਕਰੰਟ ਮਾਰਦਾ ਇੱਕ ਪਾਸੇ ਬੰਟੀ ਕੌਡੀ ਪਾਉਂਦਾ ਤੇ ਦੂਜੇ ਪਾਸੇ ਉਹ ਬੱਲੇ 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 ਹੋ ਗਈ ਮਿੱਤਰੋ ਨਹੀਂ ਰਿੱਸਾ ਸੋਨਾ ਬਾਂਦਰ ਡੋਡ ਵਾਲਾ ਆਪਣਾ ਬੰਟੀ ਟਿੱਬੇ ਵਾਲਾ ਆਪਣੀ ਟੀਮ ਲਈ ਜੋੜ ਗਿਆ ਮਲਕੀਰ ਸਿੰਘ ਜੀ ਇਟਲੀ ਵਾਲੇ ਮਨਦੀਪ ਜੰਗੀਆਣਾ ਸੁੱਖੀ ਕਨੇਡਾ ਵੱਲੋਂ ਰਾਣਾ ਕਨੇਡਾ ਜੀ ਸੁਲਤਾਨ ਲਈ 1000 ਹੈ 1000 ਰਾਣਾ ਧਾਲੀਵਾਲ ਵੱਲੋਂ ਅਲਬਰਟਾ ਪੰਜਾਬੀ ਸਪੋਰਟ ਕਲੱਬ ਵਾਲਿਆਂ ਵੱਲੋਂ ਜੋਰ ਜੁੜ ਗਿਆ ਜੱਫੇ ਦਾ 1000 ਦਾ ਜੱਫਾ ਹੁਣ ਸੰਦੀਪ ਲੂਧਰ ਕੌਡੀ 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 ਕਬੱਡੀ 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 ਕੌਡੀ 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 ਕਬੱਡੀ 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 ਕੌਡੀ 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 ਇਹ ਹੈ ਇਹ ਆ ਕੰਨਾਂ ਦੇ ਦੌਰੇ ਪਵਾ ਦਿੰਦੀ ਆ ਮਾੜੇ ਦਲਾਣਿਆਂ ਦੇ ਬਾਖੇੜ ਕਬੱਡੀ ਲਓ ਜੋਤਾ ਮਹਿਮਦ ਵਾਲੀ ਆ ਗਿਆ ਜੋਤਾ ਮਹਿਮਦ ਵਾਲੀ ਆ ਤੇ ਜੱਸੇ ਰੰਧਾਵੇ ਵੱਲੋਂ ਬੰਟੀ ਨੂੰ ਜੱਫਾ ਲੱਗਿਆ ਬੰਟੀ ਦੇ ਜੱਫਾ ਲੱਗਿਆ ਮਾਮੇ ਨਾਲ ਲੱਗਿਆ ਆਹ ਟਰਾਈ ਕੀਤੀ ਆ ਤਾਂ ਵੱਡੇ ਮਾਣ ਕੀਤੇ ਗਏ ਆ ਸਾਹਮਣੇ ਤੱਕਾਂਗੇ ਬਾ ਖੇਡ ਕਬੱਡੀ ਦੇ ਵਿੱਚ ਮੇਰੇ ਵੀਰਿਓ ਸੁਲਤਾਨ ਸ਼ਮਸ਼ਪੁਰੀਆ ਕੌਡੀ ਪਾਉਂਦਾ ਇੱਕ ਪਾਸੇ ਬਈ ਵਾਹ ਸਾਹਮਣੇ ਵੀਲੇ ਦੀ ਉਹ ਕੌਡੀ ਹੈ ਜਿਹੜੀ ਕੌਡੀ ਨੂੰ ਕਈ ਛੋਟੇ ਦਲਾਰੇ ਬੰਦੇ ਬੀਬੀ ਦੀਆਂ ਗੋਲੀਆਂ ਲੈ ਕੇ ਵੇਖਦੇ ਆ ਜਿਵੇਂ ਬਿਰਜੂ ਬਾਣੀਆਂ ਦੇਖਦਾ ਹੁੰਦਾ ਕਈ ਵਾਰੀ ਮੰਜੇ ਤੋਂ ਉੱਡ ਗਿਆ ਥੱਲੇ ਛੇੜ ਕਹਾਣੀ ਬਾਕੀ ਸਹੀ ਗੱਲ ਹੈ ਇਹ ਹੈ ਟਿੱਬੇ ਵਾਲਾ ਬੰਟੀ ਮੇਰੇ ਮਿੱਤਰੋਂ ਸਮੇਂ ਅਗਲੀ ਰੇਡ ਪਾ ਰਹੇ ਅੱਜ ਕਈਆਂ ਨੇ ਸੋਚਿਆ ਕਿ ਲੋਹੜੀ ਮਨਾਵਾਂਗੇ ਘਰੇ ਰਵਾਂਗੇ ਪਰ ਜਦੋਂ ਪਤਾ ਲੱਗਿਆ ਕਬੱਡੀ ਪੀਲੇ ਚ ਹੋ ਰਹੀ ਹੈ ਲੋਹੜੀ ਛੱਡਦੀ ਲੋਹੜੀ ਛੱਡਦੀ ਆ
ਲੱਖ ਦੇ ਨਾਲ 50,000 ਡੇਢ ਲੱਖ ਦਾ ਨਾਮ ਸਾਡੇ ਭਰਾ ਵੱਲੋਂ ਹਰਜੋਤ ਡਾਕਟਰ ਕਮਲ ਜੀ ਸਾਡੇ MLA ਹਲਕਾ ਮੋਗਾ ਸ਼ੀਰਾ ਚੱਕਰਬਾਈ 1,00,000 ਦੂਜਾ ਨਾਮ ਸ਼ੀਰਾ ਜੌਲ ਕਨੇਡਾ ਤੇ ਜੱਗੀ ਧਾਲੀਵਾਲ ਕਨੇਡਾ ਉਹਨਾਂ ਵੱਲੋਂ ਮੋਟਰਸਾਈਕਲ ਹੈ ਦੂਜਾ ਚੱਲਿਆ ਰਾਣਾ ਧਾਲੀਵਾਲ ਜੀ ਨਾਲ ਸੁੱਖੀ ਧਾਲੀਵਾਲ ਜੀ ਬਿੰਦੀ ਸਿੱਧੂ ਜੀ ਲਖਵੀਰ ਔਜਲਾ ਸੰਦੀਪ ਲੂਧਰ ਉਹ ਲੂਧਰ ਉਹ ਇੱਕ ਪਾਸੇ ਫਰਿਆਦ ਹੈ ਇੱਕ ਪਾਸੇ ਲੂਧਾ ਉਹ ਕੌਡੀ ਦਾ ਉਹ ਵੇਖੋ ਕਮੇਟੀ ਤੁਰੀ ਆਉਂਦੀ ਹੈ ਉਹ ਕਹਿੰਦੀ ਹੂਟਰ ਵੱਜ ਗਿਆ ਉਹ ਕਹਿੰਦੀ ਵਿਸਲਾਂ ਵੱਜ ਗਈਆਂ ਉਹ ਕਹਿੰਦੇ ਹੂਟਰ ਵੱਜ ਗਏ ਦੁਬਾਰੇ ਕੌਡੀ ਪੈ ਗਈ ਆ ਤਾਰੀ ਮਾਰ ਦਿਓ ਲੂਧੇ ਦੀ ਕੌਡੀ ਦੁਬਾਰੇ ਪਾ ਦਿੱਤੀ ਹੈ ਉਹ ਫੈਸਲਾ ਜਿਹੜਾ ਕੈਂਸਲ ਕਰਕੇ ਕਬੱਡੀ ਦੁਬਾਰੇ ਪਾ ਦਿੱਤੀ ਆ ਸੰਦੀਪ ਲੂਧਰ ਦਿੜਬੇ ਵਾਲਾ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਵਾਧਾ ਹੋਇਆ ਤਾਂ ਡਬਲ ਟੱਚ ਦਾ ਇਸ਼ਾਰਾ ਅੱਗ ਸੰਦੀਪ ਲੂਧਰ ਦੇ ਕਬਜ਼ੇ ਦੇ ਵਿੱਚ ਹੈ ਸਾਹਮਣੇ ਬੰਟੀ ਟਿੱਬੇ ਵਾਲਾ ਕੌਡੀ ਪਾਉਂਦਾ ਹੈ ਬੰਟੀ ਟਿੱਬੇ ਵਾਲਾ ਕੌਡੀ ਪਾਉਂਦਾ ਸਵਰਨਿਆ ਸ਼ੇਰ ਦੇ ਕਹਾਣੀ ਲਓ ਬੰਟੀ ਟਿੱਬੇ ਵਾਲਾ ਮੇਰੇ ਮਿੱਤਰੋ 1,000 ਰੁਪਇਆ ਸੰਦੀਪ ਲੋਦਰ ਦੇ ਲਈ ਆ ਰਾਣਾ ਕਨੇਡਾ ਜੀ ਸੁੱਖੀ ਕਨੇਡਾ ਸਰਬਜੀਤ ਜਲਾਲ ਗੱਗੀ ਬਾਈ ਪ੍ਰਗਟ ਬਾਈ ਪਿੰਦੀ ਸਿੱਧੂ ਪੱਪਾ ਬਾਈ ਦਰਸੀ ਗਿੱਲ ਤੇ ਗੁਰਜੀਤ ਪੂਨੀਆ ਵੱਲੋਂ 1,500 ਲਓ ਦੇਖੋ ਤੂੰ ਟਿੱਬੇ ਵਾਲੇ ਬੰਟੀ ਦੀ ਰੇਡ ਤੇ ਇੱਕ ਪਾਸੇ ਸੋਨਾ ਤੇ ਦੂਜੇ ਪਾਸੇ ਬੰਟੀ ਟਿੱਬੇ ਵਾਲਾ ਜੱਸੇ ਰੰਧਾਵੇ ਤੇ ਭੋਲੇ ਰੰਧਾਵੇ ਵੱਲੋਂ ਬੰਟੀ ਲਈ 2,000 ਹੈ ਲੈ ਵੀ ਹੁਣ ਨੰਬਰਾਂ ਵਾਲੇ ਵੀਰਿਆ ਓਏ ਨੰਬਰ ਤਾਂ ਦੱਸ ਦੇ ਨੰਬਰ ਤਾਂ ਦੱਸ ਦੇ ਲੈ ਵੀ ਦਰਸ਼ਕ ਵੀਰਿਓ ਓਏ ਨੋਟ ਕਰਿਓ ਟਿੱਬੇ ਮੰਡੀ ਦੇ ਅੰਕ ਨੇ ਜਿਹੜੇ 18.5 ਟਿੱਬੇ ਦੇ ਅੰਕ ਨੇ ਜਿਹੜੇ 1, 2, 3, 4, 5, 6, 7, 8, 9, 10, 11, 12, 13, 14, 15, 16, 17, 18, 19, 20 ਅੰਕ ਹੈ ਟਿੱਬੇ ਦੇ ਟਿੱਬੇ ਦੀ ਟੀਮ ਜਿੱਤ ਚੁੱਕੀ ਹੈ ਇਹ ਮੁਕਾਬਲੇ ਚੋਂ